ਮਾਰਨਿੰਗ ਦੇ ਵਿੱਚ ਆਏ ਆ, ਸਾਨੂੰ ਇਹਨਾਂ ਟੈਸਟ ਵਿੱਚ ਸਾਰੇ ਸਾਡੇ ਕੀਤੇ ਆ, ਸਾਨੂੰ ਇਹਨਾਂ ਪ੍ਰੋਬਲਮ ਦੱਸੀ ਵੀ ਆਹ ਪ੍ਰੋਬਲਮ ਪੇਟ ਦੇ ਵਿੱਚ। ਅਸੀਂ ਡਾਕਟਰ ਸਾਹਿਬ ਨੇ ਸਾਨੂੰ ਵਧੀਆ ਸਲਾਹ ਦਿੱਤੀ ਕਿ ਤੁਸੀਂ ਜਲਦੀ ਤੋਂ ਜਲਦੀ ਡਿਸੀਜਨ ਲਓ ਆਪਰੇਸ਼ਨ ਬਾਰੇ। ਅਸੀਂ ਆਪਰੇਸ਼ਨ ਬਾਰੇ ਜਲਦੀ ਤੋਂ ਜਲਦੀ ਡਿਸੀਜਨ ਲਿਆ ਅਤੇ ਡਾਕਟਰ ਸਾਹਿਬ ਹੋਣਾਂ ਨੇ ਆਪਰੇਟ ਕੀਤਾ। ਡਾਕਟਰ ਜਿਹੜੇ ਸਲਹੋਤਰਾ ਸਾਹਿਬ ਆ ਸਿੱਧੂ ਸਾਹਿਬ, ਇਹਨਾਂ ਨੇ ਸਾਰਿਆਂ ਦੀ ਸਲਾਹ ਨੇ ਸਾਨੂੰ ਤੁਹਾਡੇ ਪਹਿਲਾਂ ਤਾਂ ਅਸੀਂ ਡਰ ਚੁੱਕੇ ਸੀ, ਪਰ ਇਹ ਕਹਿੰਦੇ ਸੀ ਕਿ ਘਬਰਾਉਣ ਵਾਲੀ ਲੋੜ ਨਹੀਂ ਕੋਈ, ਸਰਜਨ ਆ ਜਿਹੜੀ ਇਨਫੈਕਸ਼ਨ ਆ ਤੁਹਾਡੀ ਅਸੀਂ ਪਹਿਲਾਂ ਕੰਟਰੋਲ ਕਰਨੀ ਹੈ। ਹਾਂਜੀ, ਇਨਫੈਕਸ਼ਨ ਕੰਟਰੋਲ ਕਰਕੇ ਫਿਰ ਇਹਨਾਂ ਨੇ ਸਾਨੂੰ ਮਤਲਬ ਵੀ ਹੌਸਲਾ ਦਿੱਤਾ ਕਿ ਆਪਰੇਸ਼ਨ ਤੁਹਾਡਾ ਬਹੁਤ ਵਧੀਆ ਗਿਆ। ਉੱਦਾਂ ਪਹਿਲਾਂ ਆਪਰੇਸ਼ਨ ਇਹਨਾਂ ਨੇ ਕਿਹਾ ਸੀ ਕਿ ਪੇਟ ਦੇ ਵਿੱਚ ਜਿਹੜਾ ਵਾ ਵੱਡਾ ਕਰਨਾ ਪੈਣਾ, ਪਰ ਨੋਰਮਲ ਆਪਰੇਸ਼ਨ ਦਾ ਕਰਕੇ ਸਾਡਾ ਮਤਲਬ ਮਰੀਜ਼ ਨੂੰ ਜਿਹੜਾ ਵਾ ਮਤਲਬ ਜਲਦੀ ਤੋਂ ਜਲਦੀ ਜਿਹੜਾ ਉਹਨਾਂ ਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਆ। ਅਤੇ ਪਹਿਲਾਂ ਤਾਂ ਕਹਿੰਦੇ ਕਿ 3 ਮਹੀਨੇ ਦਾ ਵੀ ਸਮਾਂ ਲੱਗੂਗਾ, ਪਰ ਸਰਜਰੀ ਵਧੀਆ ਹੋਣ ਦਾ ਕਰਕੇ ਸਾਡਾ ਮਰੀਜ਼ ਜਿਹੜਾ 10 ਦਿਨ ਬਾਅਦ ਜਿਹੜਾ ਵਾ ਆਪਣਾ ਖਾਣਾ ਪੀਣਾ ਚਾਲੂ ਕਰ ਦਿੱਤਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਹੋਣਾਂ ਦਾ ਵੀ, ਸਾਰੇ ਸਟਾਫ ਦਾ ਵੀ, ਸਾਨੂੰ ਸਟਾਫ ਵੀ ਬਹੁਤ ਵਧੀਆ ਮਿਲਿਆ ਵਾ, ਕੇਅਰਫੁਲ ਹੋਸਪਿਟਲ ਆ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਫੋਰ ਯੋਰ ਫੀਡਬੈਕ।